ਬਾਰਿਸ਼ ਬਹੁਤ ਤੇਜ਼ ਹੋ ਗਈ ਹੈ ਧੁੱਪ। ਸੋ ਇੰਜੋਏ ਕਰੋ ਆਪਣੀ ਲਾਈਫ ਨੂੰ, ਗੋਡ ਬਲੈਸ ਯੂ। ਕੋਈ ਹਾਲ ਨਹੀਂ ਹੈ ਕੁੜੀ ਦਾ। ਸਤਿ ਸ਼੍ਰੀ ਅਕਾਲ ਜੀ, ਵੈਲਕਮ ਟੂ ਅਵਰ ਯੂਟਿਊਬ ਚੈਨਲ ਜਿਹਦਾ ਨਾਮ ਹੈ ਅਮਨ ਜਸ ਵਲੌਗ। ਸੋ ਅਸੀਂ ਆ ਗਏ ਨਵੇਂ ਵਲੌਗ ਦੇ ਨਾਲ ਤੇ ਤੁਹਾਡਾ ਬਹੁਤ ਸਵਾਗਤ ਹੈ ਨਵੇਂ ਵਲੌਗ ਦੇ ਵਿੱਚ। ਤੇ ਅੱਜ ਆਪਾਂ ਪਹਿਲਾਂ ਚੱਲੇ ਜਿਹੜੀ ਵਿਆਹ ਵਾਲੇ ਦਿਨ ਮੈਂ ਪਾਣੀ ਡਰੈਸ, ਉਹ ਬਣ ਚੁੱਕੀ ਹੈ, ਦੇਖਦੇ ਨਹੀਂ ਬਣੀ ਤਾਂ ਫਿਰ ਉਹ ਵੀ ਦੇਖਦੇ ਹਾਂ। ਵੈਸੇ 2 ਤਰੀਕ ਕਿਹਾ ਸੀ ਉਹਨਾਂ ਨੇ, ਹੋਪਫੁਲੀ ਬਣੀ ਗਈ ਹੋਊਗੀ ਉਹ। ਜੇ ਬਣ ਗਈ ਫਿਰ ਟਰਾਈ ਕਰਾਂਗੇ, ਜੇ ਵਧੀਆ ਆ ਗਈ ਹਨਾ ਫਿਟਿੰਗ ਪਹਿਲੀ ਵਾਰੀ 'ਚ ਫਿਰ ਲੈ ਆਵਾਂਗੇ ਘਰ ਨੂੰ ਪੈਸੇ ਦੇ ਕੇ। ਸਹੀ ਗੱਲ ਹਨਾ ਜੀ, ਪੈਸੇ ਅੱਧੇ ਦਿੱਤੇ ਹੋਏ ਆ, ਅੱਧੇ ਦਿੱਤੇ ਹੋਏ ਐਡਵਾਂਸ। ਫਿਰ ਉਸ ਤੋਂ ਬਾਅਦ ਜਾਣਾ, ਜਿਹੜੇ ਮੇਰੇ ਕੁੜਤੇ ਪਜਾਮੇ ਮੈਂ ਲੈ ਕੇ ਆਉਂਦੇ ਸੀ ਮੰਗਵਾਏ, ਸੋਰੀ ਅੰਮ੍ਰਿਤਸਰ ਤੋਂ, ਉਹਨਾਂ ਨੂੰ ਸਟਿਚ ਕਰਵਾਉਣਾ ਤੇ ਉਹ ਵੀ ਦੇ ਕੇ ਆਣੇ ਹਨਾ। ਹਾਂਜੀ, ਤੇ ਫਿਰ ਨਾਲ ਦੀ ਨਾਲ ਮੇਰੇ ਸੂਟ ਦੀ ਲੇਸ ਵੀ ਦੇ ਕੇ ਆਣੀ ਆ। ਓ ਬਹੁਤ ਕੰਮ, ਬਹੁਤ ਕੰਮ, ਬਹੁਤ ਕੰਮ। ਤੇ ਫਿਰ ਆਪਾਂ ਜਾਣਾ ਸਪੈਕਸ ਵਾਲ। ਸਪੈਕਸ ਕਿਉਂ? ਸਪੈਕਸ ਇਸ ਕਰਕੇ ਕਿਉਂਕਿ ਜਿਹੜੀ ਇਹਨਾਂ ਦੀ ਹੁਣ ਵਾਲੀ ਸਪੈਕਸ ਹੈਗੀ ਆ ਉਹ ਸਵਿਚ ਵਾਲੀ ਆ, ਲਾਈਕ ਉਹ ਗੋਗਲਸ ਵੀ ਯੂਜ਼ ਹੋ ਜਾਂਦੀ ਆ ਤੇ ਵੈਸੇ ਵੀ ਸਪੈਕਸ ਦੀ ਤਰ੍ਹਾਂ ਵੀ ਯੂਜ਼ ਹੁੰਦੀ ਆ ਹਨਾ। ਤੇ ਉਹ ਜਿਹੜਾ ਸਵਿਚ ਆ ਉਹਦੇ ਤੇ ਲੱਗਿਆ ਹੋਇਆ ਆ ਮੈਗਨੇਟ, ਤੇ ਜੇ ਆਪਾਂ ਉਹਨੂੰ ਬਾਰ ਬਾਰ ਲਾਈ ਜਾਵਾਂਗੇ, ਉਤਾਰੀ ਜਾਵਾਂਗੇ, ਫਿਰ ਮੈਨੂੰ ਲੱਗਦਾ ਵੀ ਉਹਦਾ ਮੈਗਨੇਟ ਖਰਾਬ ਹੋ ਜਾਊਗਾ। ਹੋ ਸਕਦਾ ਆ, ਮੈਂ ਤਾਂ ਹੀ ਤੇ ਕਹਿ ਰਿਹਾ ਕਿ ਆਪਾਂ ਬਣਵਾ ਲੈਨੇ, ਕਿਉਂਕਿ ਸਪੈਕਸ ਦੀ ਤਾਂ ਆਪਾਂ ਲਾਉਣੀ ਤਾਂ ਹੁੰਦੀ ਨਹੀਂ ਹੈ। ਬਿਲਕੁਲ 24 ਘੰਟੇ ਲਾ ਕੇ ਰੱਖਣੀ ਹੁੰਦੀ ਹੈ ਜਿੰਨੇ ਤੱਕ ਸੋਹਣਾ ਨਹੀਂ ਹੈ। ਸਹੀ ਗੱਲ ਹੈ, ਉਦੋਂ ਤੱਕ ਲੱਗਣੀ ਹੈ। ਦੂਜਾ ਕਸੂਰੀ ਇੱਕ ਹੋਰ ਪੈ ਗਈ ਆ, ਜਦੋਂ ਨਾ ਆਪਾਂ ਫੋਨ ਮੰਗਵਾਇਆ ਹੈ ਬਾਹਰੋਂ ਤੇ ਅਡੈਪਟਰ ਵੀ ਨਾਲ ਹੀ ਮੰਗਵਾਇਆ ਹੈਗਾ, ਤੇ ਇਹਦਾ ਇੱਕ ਨਾ ਪਹਿਲਾਂ ਟੁੱਟਾ ਹੋਇਆ ਹੈਗਾ ਇੱਕ ਸਾਈਡ ਦਾ, ਇੱਕ ਸਾਈਡ ਚੱਲਦਾ ਹੈ ਪਿੰਨ ਤੇ ਸੀ ਟਾਈਪ ਲੱਗਦਾ, ਇੱਧਰ ਵਾਲਿਆਂ ਤੇ ਵੀ ਸੀ ਟਾਈਪ ਹੀ ਲੱਗਦਾ ਨਾ। ਤੇ ਆਪਾਂ ਹੁਣ ਵੇਖਦੇ ਇੰਡੀਆ ਤੋਂ ਲੈਣੇ ਆ ਅਡੈਪਟਰ, ਜੇ ਸਪੋਰਟ ਕਰਦਾ ਹੈ, ਜ਼ਿਆਦਾ ਗਰਮ ਨਾ ਹੋਵੇ ਫੋਨ। ਹੁਣ ਮੈਨੂੰ ਪਤਾ ਨਹੀਂ ਕਿ ਉਹਨਾਂ ਨੂੰ ਪੁੱਛ ਕੇ ਦੇਖਾਂਗੇ, ਦੇਖਦੇ ਆ ਹੁਣ ਕੀ ਬਣਦਾ ਉਹਨਾਂ ਨੂੰ ਜਾ ਕੇ ਪੁੱਛਦੇ ਆ। ਕਹਿੰਦਾ ਯਾਰ ਕਰਦਾ ਹੀ ਹੋਵੇ ਸਪੋਰਟ ਇੰਡੀਆ ਨੂੰ, ਸਪੋਰਟ ਤਾਂ ਕਰ ਜੂਗਾ, ਬਸ ਮੈਨੂੰ ਇੰਨਾ ਆ ਵੀ ਜਿੱਦਾਂ ਇੱਥੇ ਵੋਲਟੇਜ ਥੋੜੀ ਜਿਹੀ ਤੇਜ਼ ਹੁੰਦੀ ਆ ਤੇ ਬਾਹਰ ਵੋਲਟੇਜ ਥੋੜੀ ਜਿਹੀ ਘੱਟ ਹੁੰਦੀ ਆ ਹਨਾ, ਸੋ ਇੱਥੇ ਗਰਮ ਨਾ ਹੋਵੇ ਫੋਨ। ਵੈਸੇ ਤਾਂ ਦੇਖੋ ਇਹਦੇ ਵਿੱਚ ਕੋਈ ਵੀ ਗਰਮ ਗਰਮ ਵਾਲੀ ਪ੍ਰੋਬਲਮ ਨਹੀਂ ਹੈ, ਕਿਉਂਕਿ ਜਦੋਂ ਅਸੀਂ ਵੀ ਲੈਣਾ ਸੀ ਨਾ ਸਾਨੂੰ ਵੀ ਇਹ ਬੜਾ ਸੁਣਾ ਨੂੰ ਮਿਲਿਆ ਸੀ ਗਰਮ ਹੁੰਦੇ ਫੋਨ, ਗਰਮ ਹੁੰਦੇ ਕੁਛ ਨਹੀਂ ਹੈਗਾ। 15 ਪ੍ਰੋ ਮੈਕਸ ਬਹੁਤ ਘੈਂਟ ਆ, ਬਿਲਕੁਲ, ਤੇ ਬਾਕੀਆਂ ਦਾ ਸਾਨੂੰ ਪਤਾ ਨਹੀਂ, 15 ਪ੍ਰੋ ਮੈਕਸ ਕੁਛ ਗਰਮ ਗਰਮ ਨਹੀਂ ਹੁੰਦਾ। ਇਹ ਵੀ ਲਵਾਂਗੇ ਹੁਣ, ਦੇਖਦੇ ਆ ਜੇ ਕੰਮ ਬਹੁਤ। ਫਿਰ ਰਿਸੈਪਸ਼ਨ ਦੇ ਸ਼ੂਜ਼ ਲੈਣੇ, ਮੈਂ ਰਿਸੈਪਸ਼ਨ ਡਰੈਸ ਲੈਣੀ ਇਹਨਾਂ ਨੇ, ਓ ਮਾਈ ਗੋਡ ਬਹੁਤ ਕੰਮ ਹੈਗੇ, ਬਹੁਤ ਕੰਮ ਹੈਗੇ ਆ। ਤੇ ਹੁਣ ਆਪਾਂ ਚੱਲਦੇ ਹਾਂ, ਠੀਕ ਹੈ ਜੀ, ਟਾਈਮ ਹੋ ਗਿਆ 3:15 ਤੇ ਆਪਾਂ ਨਿਕਲਦੇ ਕਰੋ ਤੇ ਵਲੌਗ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰੋ, ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਓ। ਤੇ ਹੁਣ ਆਪਾਂ ਚੱਲੀਏ। ਹਾਂਜੀ ਹਾਂਜੀ, ਚਲੋ ਚਲੋ। ਹਾਂਜੀ ਹੁਣ ਆਪਾਂ ਆ ਗਏ ਹਾਂ ਖਰੜ ਦੀ ਮਾਰਕੀਟ 'ਚ, ਮੈਂ ਕੁੜਤੇ ਪਜਾਮੇ ਦਾ ਕੱਪੜਾ ਦੇਣਾ ਸੀਗਾ ਤੇ ਜਿੱਥੇ ਮੈਂ ਬਣਵਾਉਣੀ ਦਿੱਤੀ ਹੈ ਆਪਣੀ ਵਿਆਹ ਦੀ ਡਰੈਸ, ਉਹ ਭਾਅ ਜੀ ਕਹਿੰਦੇ ਸ਼ਾਮ ਨੂੰ 7 ਵਜੇ ਮਿਲਣੀ ਹੈ, ਬੰਦ ਹੀ ਪਈ ਹੈ। ਹਾਂਜੀ, ਤੇ ਪਹਿਲਾਂ ਮੈਂ ਹੁਣ ਫਿਰ ਆਹ ਦੇ ਦਈਏ ਤੇ ਤੁਹਾਡੀ ਲੈਸ ਲੈ ਆਇਓ ਚੱਕ ਕੇ। ਹਾਂਜੀ ਹਾਂਜੀ, ਤੇ ਉਹ ਕਰਵਾ ਲਈਏ, ਫਿਰ ਆਪਾਂ ਚੱਲਣਾ ਆ। ਕਿੱਧਰ ਜਾਣਾ ਫਿਰ? ਫਿਰ ਆਪਾਂ ਜਾਵਾਂਗੇ ਸਪੈਕਸ ਵਾਲ। ਸਪੈਕਸ ਵਾਲ ਪਹਿਲਾਂ, ਠੀਕ ਹੈ ਠੀਕ। ਚਲੋ ਆਪਾਂ ਆ ਗਏ ਆ ਟੇਲਰ ਦੀ ਸ਼ਾਪ ਤੇ। ਹਾਂਜੀ, ਤੇ ਇੱਥੇ ਹੁਣ ਆਪਾਂ ਕੁੜਤਾ ਪਜਾਮਾ ਤੇ ਕੁੜਤਾ ਇੱਕ ਸਵਾਣਾ ਹਨਾ, ਉਹ ਦਵਾਂਗੇ ਸਟਿਚਿੰਗ ਵਾਸਤੇ। ਨਾ ਆਪ ਨਵਾਂ ਹੀ ਦੇ ਦਿਓ ਹੁਣ। ਹਾਂ ਹਨਾ, ਨਵਾਂ ਹੀ ਲਵਾਂਗੇ। ਹਾਂ, ਹੁਣ ਆਪਾਂ ਆ ਗਏ ਜੋਦੀ ਦੀ ਬੁਟੀਕ ਤੇ ਤੇ ਲੈਸ ਲੈ ਕਹਿੰਦੀ ਸੀ ਉਹ ਦੇ ਰਹੇ ਆ। ਕਿੱਥੇ ਲਗਾਓਗੇ? ਨੀਚੇ ਲੱਗ ਜਾਏਗੀ, ਯਹਾਂ ਪੇ ਲੱਗ ਜਾਏਗੀ। ਕਹਾਂ ਕਹਾਂ ਲੱਗੇਗੀ? ਯਹਾਂ ਲੱਗੇਗੀ। ਹਾਂਜੀ, ਯਹਾਂ ਨੀਚੇ ਲੱਗੇਗੀ। ਕੁੜਤੇ ਪਜਾਮੇ ਪਹਿਲਾਂ ਵੀ ਬਣਵਾਏ ਬਲੈਕ ਕਲਰ ਦਾ, ਤੇ ਹੁਣ ਇਹ ਵੀ ਘੈਂਟ ਹੀ ਬਣੂਗਾ, ਕੁਛ ਅਲੱਗ ਬਣਵਾ ਰਿਹਾ ਇਸ ਟਾਈਮ ਇਸ ਵਾਰ ਨਾ। ਅੱਛਾ ਤਾਂ ਕੱਪੜਾ ਲੈਣਾ ਜੀ? ਉਹ ਮੈਂ ਜ਼ਿਆਦਾ ਖੁੱਲੀ ਜੀ ਬਣਵਾ ਲਈ ਸੋਹਣਾ ਜਿਹਾ ਕੁਛ, ਤਾਂ ਫਿਰ ਉਹਦਾ ਹੁਣ ਕੱਪੜਾ ਥੋੜਾ ਜਿਹਾ ਹੋਰ ਲੈਣਾ ਪੈਣਾ। ਠੀਕ ਹੈ ਠੀਕ ਹੈ, ਇਹ ਤਾਂ ਡਨ ਹੈ ਨਾ, ਲੱਗ ਗਿਆ ਬਈ ਇਹਨੂੰ ਸਮਝਣਾ। ਵੇਖ ਲਓ ਗੜਬੜ ਨਾ ਕੋਈ ਹੋ ਜਾਏ, ਪਤਾ ਕੀ ਆਪਾਂ ਬਹੁਤ ਦੂਰ ਦੂਰ ਲੈ ਕੇ ਆਏ ਹਾਂ ਸਾਰਾ ਕੁਛ।
ਸਪੈਸ਼ਲ ਬਣਵਾ ਰਹੇ ਆ ਨਾ, ਪਤਾ ਲੱਗਣਾ ਚਾਹੀਦਾ ਸਪੈਸ਼ਲ ਵਿਆਹ ਹੈ ਨਾ, ਫਿਰ ਉੱਥੇ ਘੈਂਟ ਘੈਂਟ ਬੰਦਾ ਹੈ। ਲਓ ਜੀ ਕੱਪੜਾ ਵੀ ਆ ਗਿਆ। ਕਿੰਨੇ ਮੀਟਰ ਲੈ ਕੇ ਆਉਂਗੇ? 2 ਮੀਟਰ ਲਾਣਾ। 2 ਮੀਟਰ? ਹਾਂ। ਇਹ ਤਾਂ ਨਹੀਂ ਲੱਗੇਗਾ ਕਿਸੇ ਨੂੰ, ਦਿਖਾਈ ਇਹ ਤਾਂ ਐਕਸਟਰਾ ਹੀ ਹੈ। 2 ਮੀਟਰ ਮੈਂ ਬੰਨਣਾ। ਪਟਿਆਲੇ ਲੱਭਿਆ ਕੱਲ ਪਰ ਮਿਲਿਆ ਨਹੀਂ ਇਦਾਂ ਦਾ। ਹੁਣ ਚਲੋ ਇਹ ਵੀ ਲਾ ਕੇ ਦਿੱਤੀ ਮੈਂ ਅਭੀ ਆਪਕੋ। ਅ ਫਿਊ ਮੋਮੈਂਟਸ ਲੇਟਰ ਕੱਪੜਾ ਅਸੀਂ ਲੈ ਆਂਦਾ। ਹੁਣ ਵੇਖੋ ਭਈ ਇਹਨੇ ਪਸੰਦ ਆ ਗਿਆ। ਠੀਕ ਹੈ ਭਈ, ਇਸ ਕੋ ਵੀ ਰੱਖ ਹੀ ਲੋ। ਓਕੇ ਭਈਆ ਜੀ, ਪਸੰਦ ਹੈ? ਹਲਕੀਆਂ ਹਲਕੀਆਂ ਕਣੀਆਂ ਪੈਣੀਆਂ ਸਟਾਰਟ ਹੋ ਗਿਆ ਸੀ, ਇਸ ਕਰਕੇ ਅਸੀਂ ਬੜੀ ਭੱਜ ਭੱਜ ਕੇ ਗੱਡੀ ਦੇ ਵਿੱਚ ਆਏ ਆ। ਸਾਨੂੰ ਇਹ ਸੀਗਾ ਵੀ ਗਿੱਲੇ ਨਾ ਹੋ ਜਾਈਏ, ਹੈ ਨਾ? ਸਹੀ ਗੱਲ ਆ, ਕਣੀਆਂ ਸ਼ੁਰੂ ਹੋ ਗਈਆਂ ਸੀ ਪਰ ਹਾਂਜੀ ਗੱਡੀ ਜਾਂਦੇ ਆ ਕਣੀਆਂ ਬੰਦ ਵੀ ਹੋ ਗਈਆਂ। ਬੰਦ ਹੋ ਗਈਆਂ ਤਾਂ ਤੇ ਵੀ ਟੈਨਸ਼ਨ ਨਹੀਂ, ਘਰੇ ਕੱਪੜੇ ਸੁੱਕਣੇ ਪਏ ਉਹਨਾਂ ਗਿੱਲੇ ਹੋਣਗੇ। ਆਹੋ ਮੈਨੂੰ ਟੈਨਸ਼ਨ ਸੀਗੀ, ਪਤਾ ਕੀ ਜਦੋਂ ਅਸੀਂ ਘਰੋਂ ਨਿਕਲੇ ਹੈ ਨਾ ਉਸ ਟਾਈਮ ਨਾ ਧੁੱਪ ਚੜ ਗਈ ਤੇ ਮੈਂ ਕਿਹਾ ਹੁਣ ਕੀ ਅੰਦਰ ਸੁੱਕਣੇ ਪਾ ਕੇ ਜਿਹੜੇ ਨਾ ਧੁੱਪ ਚੜੀ ਹੋਈ ਹੈ ਤੇ ਸੁੱਕ ਜਾਣਗੇ ਤੇ ਜਿੰਨੀ ਕੁ ਦੇਰ ਨੂੰ ਅਸੀਂ ਮਾਰਕੀਟ ਪਹੁੰਚੇ ਆ ਉਹਨੇ ਦੇਰ ਨੂੰ ਫਿਰ ਮੌਸਮ ਖਰਾਬ ਹੋ ਗਿਆ, ਕਣੀਆਂ ਸਟਾਰਟ ਹੋ ਗਈਆਂ ਹੈ ਨਾ, ਉਹਨਾਂ ਫੇਰ ਕਣੀਆਂ ਬੰਦ ਹੋ ਗਈਆਂ। ਅੱਜ ਪਤਾ ਨੀ ਕੀ ਮਖੌਲ ਜਿਹਾ ਹੋ ਰਿਹਾ ਇਹ। ਇੱਕ ਰਾਤੀ ਵੀ ਇਦਾਂ ਮਖੌਲ ਕਰਦੀ ਬਾਰਿਸ਼ ਨਹੀਂ, ਰਾਤੀ ਤੇਜ਼ ਵੀ ਆਈ ਸੀਗੀ ਬਹੁਤ। ਨਹੀਂ ਚੇਤਾ ਕਾ ਜਦੋਂ ਆਪਾਂ ਜਦੋਂ ਆਪਾਂ ਹਾਂ ਉਦੋਂ ਸੀਗੀ ਪਰ ਰਾਤੀ ਤੇਜ਼ ਵੀ ਬਹੁਤ ਆਈ ਬਾਅਦ ਵਿੱਚ ਹੈ ਨਾ, ਤੇ ਖੁਸ਼ੀ ਹੋ ਰਹੀ ਪੂਰੀ ਸ਼ਾਪਿੰਗ ਕਰਕੇ ਭੱਜ ਦੌੜ ਕਰਕੇ ਨਾ। ਇਹ ਦਿਨ ਦਾ ਨਾ ਮਤਲਬ ਜਿਹੜਾ ਹੁਣ ਆਣਾ ਆ ਬਹੁਤ ਥੋੜਾ ਜਿਹਾ ਟਾਈਮ ਰਹਿ ਗਿਆ ਹੁਣ ਤਾਂ, ਮੈਨੂੰ ਬਹੁਤ ਹੀ ਟਾਈਮ ਤੋਂ ਵੇਟ ਸੀਗੀ, ਬਹੁਤ ਹੀ ਜ਼ਿਆਦਾ ਖੁਸ਼ੀ ਆ ਮੈਨੂੰ ਤੇ ਇੰਨੀ ਕੁ ਵੇਟ ਸੀਗੀ ਨਾ ਵੀ ਹੁਣ ਮੇਰੇ ਤੋਂ ਵੇਟ ਸਹਾਰੀ ਨਹੀਂ ਜਾ ਰਹੀ, ਹੁਣ ਮੈਨੂੰ ਹੋ ਰਿਹਾ ਵੀ ਜਲਦੀ ਜਲਦੀ ਉਹ ਟਾਈਮ ਆਵੇ। ਜਸ ਨੂੰ ਵੀ ਖੁਸ਼ੀ ਮੇਰੇ ਜਿੰਨੀ ਹੋਈ ਆ ਪਰ ਮੈਨੂੰ ਥੋੜੀ ਜਿਹੀ ਜ਼ਿਆਦਾ ਹੋਣੀ ਆ ਜਸ ਤੋਂ, ਹੈ ਨਾ? ਹੋਊਗੀ, ਬਣਦੀ ਵੀ ਹੈ, ਬਣਦੀ ਹੈ ਨਾ, ਬਣਦੀ ਹੈ ਯਾਰ, ਬਣਦੀ ਹੈ, ਕਿਉਂ ਨਹੀਂ ਬਣਦੀ। ਹਾਂਜੀ, ਇਸੇ ਕਰਕੇ ਹਰ ਇੱਕ ਫੰਕਸ਼ਨ ਦੇ ਲਈ ਅਲੱਗ ਤੋਂ ਅਲੱਗ ਚਾਹ ਪੂਰੇ ਕੀਤੇ ਜਾ ਰਹੇ ਆ ਮੇਰੇ ਤਾਂ। ਸਭ ਕੁਛ ਮੈਚਿੰਗ ਆ ਔਰ ਜਿੰਨੀਆਂ ਚੀਜ਼ਾਂ ਚਾਹੀਦੀਆਂ ਸੀਗੀਆਂ ਉਹ ਤੋਂ ਵੱਧ ਕੇ ਲੈ ਕੇ ਦੇ ਰਿਹਾ। ਸੋ ਹਸਬੈਂਡ ਹੋਵੇ ਤਾਂ ਇੱਦਾਂ ਦਾ ਜਿਹੜਾ ਆਪਣੇ ਘਰ ਵਾਲੀ ਦੀ ਖੁਸ਼ੀ ਦੀ ਇੰਨੀ ਕੁ ਪਰਵਾਹ ਕਰੇ ਨਾ ਵੀ ਇੱਦਾਂ ਕਹੇ ਵੀ ਕੋਈ ਨੀ ਤੂੰ ਖੁੱਲਾ ਖਰਚਾ ਕਰ, ਇਹ ਤੇਰਾ ਟਾਈਮ ਆ, ਹੈ ਨਾ? ਮੇਰੀ ਗੱਲ ਸੁਣੋ, ਮੈਂ ਐਕਸਟਰਾ ਕਰਦੀ ਵੀ ਨਹੀਂ ਨਾ, ਦੱਸ ਦੋ ਸਾਰਿਆਂ ਨੂੰ। ਨਹੀਂ ਐਕਸਟਰਾ ਕਰਨੀ ਰੇ, ਬਟ ਹੁਣ ਐਕਸਟਰਾ ਥੋੜਾ ਬਹੁਤ ਕਰਦੇ ਪਏ ਆ ਹੁਣ, ਬੰਦ ਹੈ। ਮੈਂ ਕਹਿ ਰਿਹਾ ਖੁਦ ਕਿ ਤੂੰ ਕਰ ਯਾਰ, ਤੇਰਾ ਬੰਦ ਹੈ ਕਿਉਂਕਿ ਇਸ ਦਿਨ ਦਾ ਕਿੰਨੇ ਚਿਰ ਤੋਂ ਵੇਟ ਸੀਗਾ, ਇੰਤਜ਼ਾਰ ਸੀਗਾ, ਇਹ ਦਿਨ ਆਵੇ, ਇਹ ਦਿਨ ਆਵੇ, ਇਹ ਦਿਨ ਆਵੇ। ਸਹੀ ਗੱਲ ਹੈ, ਹੁਣ ਥੋੜੇ ਦਿਨ ਰਹਿ ਗਏ ਆ, ਹੁਣ ਆਪਾਂ ਜਾ ਰਹੇ ਜਾਣ ਤੇ ਹੁਣ ਆਪਾਂ ਕਿੱਥੇ ਜਾ ਰਹੇ ਆ? ਲੈਂਸ ਕਾਰਡ ਦੇ ਤੇ ਮੈਂ ਵੇਖਦਾ ਜਾ ਕੇ ਸਪੈਕਸ ਬਣਾਉਣੀ, ਕਿਹੜਾ ਫਰੇਮ ਪਸੰਦ ਆਉਂਦਾ ਮੈਨੂੰ ਦੇਖਦੇ ਆ ਹੁਣ ਜਨਾਬ ਨੂੰ ਕਿਹੜਾ ਫਰੇਮ ਪਸੰਦ ਆਉਂਦਾ, ਉਹਨਾਂ ਸਿਲੈਕਟ ਕਰਵਾ ਲਿਓ। ਹਾਂਜੀ ਹਾਂਜੀ, ਚੋਇਸ ਤਾਂ ਤੁਹਾਡੀ ਹੁੰਦੀ ਹੈ, ਹਮੇਸ਼ਾ ਦੀ ਤਰ੍ਹਾਂ ਹਰ ਇੱਕ ਚੀਜ਼ ਇਕੱਠੇ ਕਰਾਂਗੇ। ਹਾਂ ਖੁਸ਼ ਰਿਹਾ ਕਰੋ ਯਾਰ, ਹੈਪੀ ਰਿਹਾ ਕਰੋ, ਇਸ ਦੁਨੀਆਂ ਤੋਂ ਕਿਸੇ ਨੇ ਕੁਛ ਨਹੀਂ ਲੈ ਜਾਣਾ। ਸਹੀ ਗੱਲ। ਹਾਂਜੀ ਹੁਣ ਆਪਾਂ ਆਏ ਆ ਘਰੇ, ਇਹ ਕੁੜੀ ਕਹਿੰਦੀ ਪਹਿਲਾਂ ਘਰੇ ਲੈ ਕੇ ਜਾਓ ਕਿਉਂਕਿ ਤਾਰਾਂ ਦੇ ਸੁੱਕਣੇ ਪਏ ਸੀਗੇ ਕੱਪੜੇ ਤੇ ਬਾਰਿਸ਼ ਹੋਣੀ ਸ਼ੁਰੂ ਹੋ ਗਈ ਸੀ ਵਿੱਚ, ਜੇ ਫਿਰ ਹਟ ਗਈ ਹੈ ਤੇ ਕਹਿੰਦੇ ਤਾਰਾਂ ਦੇ ਕੱਪੜੇ ਸੁੱਕਣੇ ਪਏ ਉਹ ਲਾਣੇ ਆ, ਤੇ ਮੈਂ ਕਿਹਾ ਚਲੋ ਯਾਰ ਚੱਲੀਏ, ਕੋਈ ਹਾਲ ਨਹੀਂ ਹੈ ਕੁੜੀ ਦਾ, ਮਿੰਟੋ ਮਿੰਟ ਉੱਧਰੋਂ ਭੱਜੇ, ਫਿਰ ਆਪਾਂ ਲੈਂਸ ਕਾਰਡ 'ਤੇ ਚੱਲੇ ਗਏ, ਉਹ ਇੱਧਰ ਨਾਲ ਹੀ ਆਪਣੇ ਘਰ ਦੇ ਨੇੜੇ ਸੀਗਾ, ਕਹਿੰਦੇ ਪਹਿਲਾਂ ਘਰੇ ਚਲੋ, ਮੈਂ ਕਿਹਾ ਠੀਕ ਹੈ ਜੀ, ਅਤੇ ਫਿਰ ਬਾਰਿਸ਼ ਹਟ ਗਈ ਹੈ, ਬਾਰਿਸ਼ ਹੀ ਕਲੋਲਾਂ ਕਰੀ ਜਾਂਦੇ, ਇਹ ਵੀ ਕਹਿੰਦੇ ਬਸ ਜਲਦੀ ਜਲਦੀ ਲੈ ਜਾਓ ਕੱਪੜੇ ਧੋਤੇ ਆ ਕਿਤੇ ਫਿਰ ਨਾ ਗਿੱਲੇ ਹੋਏ, ਹੈ ਨਾ? ਮੈਂ ਚਲੋ ਚੱਲੀਏ, ਬਸ ਹੁਣ ਇੱਥੋਂ ਫ੍ਰੀ ਹੋ ਕੇ ਫਿਰ ਆਪਾਂ ਲੈਂਸ ਕਾਰਡ 'ਤੇ ਜਾਵਾਂਗੇ।
ਇੰਨਾ ਟਾਈਮ ਕੌਣ ਲਾਉਂਦਾ ਹੁੰਦਾ? ਇੰਨਾ ਟਾਈਮ ਕੌਣ ਲਾਉਂਦਾ? ਦੱਸੋ ਯਾਰ। ਇੰਨਾ ਟਾਈਮ ਇਸ ਕਰਕੇ ਲੱਗ ਗਿਆ, ਪਹਿਲਾਂ ਮੈਂ ਸਾਰੇ ਕੱਪੜੇ ਤਾਰਾਂ ਤੋਂ ਬਾਹਰੋਂ ਲਾਏ, ਫਿਰ ਮੈਂ ਅੰਦਰ ਸੁੱਕਣੇ ਵੀ ਪਾ ਦੇ। ਹਾਂ ਸਪੈਸ਼ਲ ਲੈ ਕੇ ਕੱਪੜੇ ਲਾਣੇ ਕੱਪੜੇ। ਫਿਰ ਕੀ ਹੋ ਗਿਆ, ਲੰਮੀ ਫਿਰ ਬੰਦ ਹੋ ਗਿਆ ਵੈਸੇ। ਦੇਖਿਆ ਮੈਂ ਕਿਹਾ ਸੀ ਨਾ ਅੱਜ ਕਲੋਲ ਕਰੀ ਜਾਂਦਾ ਬੇਮੀ, ਪਰ ਮੈਨੂੰ ਇਹ ਸੀਗਾ ਵੀ ਜੇ ਜ਼ਿਆਦਾ ਮੀਂਹ ਆ ਜਾਂਦਾ, ਤੁਸੀਂ ਸੋਚੋ ਮੈਨੂੰ ਦੁਬਾਰਾ ਕੱਪੜੇ ਧੋਣੇ ਪੈਣੇ ਸੀ। ਪਤਾ ਇੱਧਰ ਨਾ ਆਓ, ਇੱਧਰ ਨਾ ਆਓ, ਖੜੋ, ਚਲਾਓ ਗੱਡੀ। ਲੈ ਤਾਂ ਕੀਤਾ, ਕਦੀ ਆਣੋ ਕਦੀ ਆਉਣ। ਲਾਓ ਖੋਲ ਪਹਿਲਾਂ। ਪਾਣੀ ਛੱਡ ਦੇਣਾ ਤੈਨੂੰ, ਵੇਖੀ ਜਾ ਤੂੰ। ਪਾਣੀ ਛੱਡੂ ਤੈਨੂੰ ਮੈਂ ਹੁਣ, ਫਿਰ ਮੁੜ ਕੇ ਜਦੋਂ ਬਿਮਾਰ ਹੋ ਜਾਊਂਗੀ ਫਿਰ ਆਪੇ ਲੈ ਜਾਓ ਡਾਕਟਰ ਕੋਲ। ਛੱਡ ਦੇ ਪਾਣੀ ਚ, ਮੈਨੂੰ ਕੀ ਆ। ਪਾਣੀ ਛੱਡੂ ਹੁਣ ਤੈਨੂੰ ਮੈਂ, ਹੈ ਠੀਕ ਆ। ਹਾਂਜੀ ਆਪਾਂ ਆ ਗਏ ਆ ਲੈਂਸ ਕਾਰ ਦੇ, ਤੇ ਹੁਣ ਵੇਖੋ ਫਰੇਮ ਵੇਖਾਂਗੇ ਘੈਂਟ ਜਿਹਾ, ਜੇ ਤੇ ਕਿਹੜਾ ਪਸੰਦ ਆਉਂਦਾ ਹੈ ਤੇ ਫਿਰ ਕਰ ਲਿਓ ਜਲਦੀ ਪਸੰਦ। ਠੀਕ, ਫਿਰ ਕਿਤੇ ਆਣਾ? ਹਾਂਜੀ ਫਿਰ ਫਿਰ ਆਪਾਂ ਦੇਖਦੇ ਆ ਅੱਗੇ ਕੀ ਜਾਣੀ ਲੈ। ਹਲੇ ਪਹਿਲਾਂ ਇਧਰੋਂ ਵੇਲੇ ਹੋਈਏ ਫਿਰ ਦੇਖੋ। ਠੀਕ ਹੈ ਠੀਕ ਹੈ। ਸ਼ੂਜ਼ ਲੈਣੇ ਆ? ਸ਼ੂਜ਼ ਲੈਣੇ ਲੈ ਲਾਂਗੇ, ਹੁਣ ਇਸ ਮਾਰਕੀਟ ਚਾਹੀਦਾ ਹੈ। ਚਲੋ ਸ਼ੂਜ਼ ਵੀ ਦੇਖ ਲਾਂਗੇ। ਚਲੋ ਜੀ, ਚਲੋ ਕੋਈ ਨੀ, ਦੋ ਚਾਰ ਆਪਸ਼ਨ ਦੇਖੋ ਫਿਰ ਡਿਜ਼ਾਈਨ ਕਰ। ਲੈਂਸ ਕਾਰਡ ਆਪਾਂ ਫਰੇਮ ਦੇਖ ਆਏ ਆ, ਬਟ ਸਾਨੂੰ ਕੋਈ ਵੀ ਪਸੰਦ ਨਹੀਂ ਆਇਆ, ਆਪਾਂ ਹੁਣ ਦੂਸਰੇ ਲੈਂਸ ਕਾਰਡ ਚੱਲਾਂਗੇ। ਹਾਂਜੀ ਠੀਕ ਹੈ ਜੀ। ਕਿੱਥੇ ਲਈ ਹੁਣ? 82 ਨਿਕਲਾਂਗੇ ਉਧਰ ਚਲੀਏ, ਹੋਰ ਕੀ ਦੇਖਣਾ? ਸੈਕਟਰ 82 ਦੇ ਲੈਂਸ ਕਾਰਡ 'ਚ, ਅਤੇ ਬਾਰਿਸ਼ ਜਿਹੜੀ ਹੈਗੀ ਉਹ ਰੁਕਣ ਦਾ ਨਾਮ ਨਹੀਂ ਲੈ ਰਹੀ, ਇਸੇ ਕਰਕੇ ਤੁਹਾਨੂੰ ਇੱਥੇ ਬਾਰਿਸ਼ ਦੇ ਛਿੱਟੇ ਦੇਖ ਰਿਹਾ। ਅਤੇ ਸਰ ਮੇਰੀ ਗੱਲ ਸੁਣੋ ਪਲੀਜ਼, ਤੁਸੀਂ ਇੱਥੋਂ ਪਸੰਦ ਕਰ ਲਿਓ ਹੈ? ਪੱਕਾ ਯਾਰ, ਹੁਣ ਤਾਂ ਪਸੰਦ ਕਰਨੀ ਨਹੀਂ, ਦੂਰ ਆਏ ਹਾਂ ਆਪਾਂ ਨਾ, ਤਾਂ ਬਾਰਿਸ਼ ਨੇ ਇੰਨਾ ਤੰਗ ਕਰਿਆ ਆ, ਇੱਥੋਂ ਪਸੰਦ ਕਰਨੀ ਹੀ ਕਰਨੀ ਜੋ ਮਰਜ਼ੀ ਹੋ ਜਾਏ। ਠੀਕ ਹੈ, ਨਹੀਂ ਚਲੋ ਮੈਂ ਐਵੇਂ ਨਹੀਂ ਕਹਿੰਦੀ, ਜੇ ਸੋਹਣੀ ਕੋਈ ਮਿਲੀ ਤਾਂ ਹੀ ਕਰਿਓ, ਵੈਸੇ ਇੱਥੇ ਆਪਸ਼ਨ ਜ਼ਿਆਦਾ ਹੁੰਦੇ ਆ।
ਦੇਖ ਲੈਣੇ ਜੇ ਨਾ ਹੋਇਆ ਫਿਰ ਰਹਿਣ ਦਾ ਗਿਆ ਨਾ ਫਿਰ ਫਾਇਦਾ ਨਹੀਂ ਕੋਈ ਨਹੀਂ ਲੈਣੀ ਤਾਂ ਹੈਗੀ ਯਾਰ ਐਨਕ ਤਾਂ ਲੈਣੀ ਹੋਈ ਹੈ ਚਲੋ ਦੇਖਦੇ ਆ ਹੋਪ ਸੋ ਯਾਰ ਇੱਥੇ ਆਪਸ਼ਨ ਸਾਨੂੰ ਮਿਲ ਜੇ ਹੁਣ ਨਾ ਜੇ ਪਸੰਦ ਆਈ ਮੈਂ ਅੱਗੇ ਤਾਂ ਹੀ ਵਲੌਗ ਕਰਨਾ ਆ ਜਿਹੜੇ ਬੰਦ ਨਹੀਂ ਤਾਂ ਅਗਲੇ ਸਟੋਰ ਦਾ ਕਰਾਂਗੇ ਚਲੋ ਦੇਖਦੇ ਆ ਅੰਦਰ ਜਾ ਕੇ ਹਾਂਜੀ ਚਲੋ ਭੱਜੋ ਫਿਰ ਇੱਕਦਮ ਚਲੋ ਮੇਰੀਆਂ ਸਿਲੈਕਟ ਹੋ ਗਈਆਂ ਤੇ ਨਾਲ ਹੀ ਆਪਣੀਆਂ ਕਰਦੇ ਪਏ ਉਹਨਾਂ ਮਿਲਦੀ ਪਈ ਆ ਫਿਰ ਦੋਨੇ ਲੈ ਲੈ ਚੇਂਜ ਕਰ ਕਰਕੇ ਲਾਇਆ ਕਰੋ ਇਹ ਕਲਰ ਸੇਮ ਜਿਹਾ ਆ ਗਿਆ ਤਾਂ ਹਾਂ ਸੋਹਣਾ ਲੱਗਦਾ ਕਰ ਲਓ ਚੈੱਕ ਦੋਨਾਂ ਦੇ ਫਰੇਮ ਪਸੰਦ ਆ ਗਏ ਹੋਏ ਆ ਸਾਨੂੰ ਹੈ ਨਾ ਆਪਾਂ ਆਰਡਰ ਵੀ ਦੇ ਦਿੱਤਾ ਹੋਇਆ ਆ ਤੇ ਮੇ ਵੀ ਵੈਨਸਡੇ ਜਾਂ ਥਰਸਡੇ ਤੱਕ ਆਪਾਂ ਨੂੰ ਸਪੈਕਸ ਰਿਸੀਵ ਵੀ ਹੋ ਜਾਊਗੀਆਂ ਤੇ ਹੁਣ ਆਪਾਂ ਘਰ ਹੀ ਜਾ ਰਹੇ ਹਾਂ ਅੱਜ ਮਾਲ ਵੀ ਦਿਖਾਉਣਾ ਰਹਿ ਗਿਆ ਆ ਹੈ ਨਾ ਤੇ ਹੋਰ ਵੀ ਜਿਹੜੀ ਸ਼ੋਪਿੰਗ ਕਰਨੀ ਸੀ ਜਿੱਦਾਂ ਮੇਰੀ ਹਲੇ ਡਰੈਸ ਰਹਿੰਦੀ ਆ ਕਾਫੀ ਚੀਜ਼ਾਂ ਰਹਿੰਦੀਆਂ ਜਸ ਦੇ ਸ਼ੂਜ਼ ਰਹਿੰਦੇ ਆ ਪਰ ਮੀਂਹ ਨੇ ਨਾ ਅੱਜ ਬਹੁਤ ਗਿਚਮਿਚ ਜਿਹਾ ਕੰਮ ਕਰਤਾ ਔਰ ਟ੍ਰੈਫਿਕ ਇੰਨੀ ਕੁ ਜ਼ਿਆਦਾ ਹੋਈ ਪਈ ਹੈ ਨਾ ਮੀਂਹ ਕਰਕੇ ਵੀ ਰਹੇ ਰੱਬ ਦਾ ਨਾਮ ਹੈ ਨਾ ਦੇਖੋ ਲੈਂਸ ਕਾਰਡ ਦੂਰ ਦੂਰ ਸੀਗੇ ਹਾਂਜੀ ਦੋ ਤਿੰਨ ਸਟੋਰ ਤਾਂ ਦੇਖਿਆ ਪਰ ਤੁਸੀਂ ਸੀਰੀਅਸਲੀ ਦੱਸੋ ਇੱਥੇ ਤਾਂ ਮੈਂ ਦੱਸੇ ਨਾ ਆਪਸ਼ਨ ਜਿਆਦੀ ਹੈ ਇੱਥੇ ਜ਼ਿਆਦਾ ਆਪਸ਼ਨ ਆ ਤੇ ਇੱਥੋਂ ਵਧੀਆ ਬਣ ਗਿਆ ਤੇ ਆਫਰ ਮਿਲ ਗਈ ਸਾਨੂੰ ਇਸ ਕਰਕੇ ਆਪਾਂ ਦੋ ਹੀ ਬਣਵਾ ਲਏ ਇਹਨਾਂ ਦਾ ਵੈਸੇ ਤਾਂ ਆਪਾਂ ਸਿੰਗਲ ਬਣਾਉਣਾ ਸੀ ਮੇਰੇ ਕੋਲ ਤਾਂ ਆਲਰੇਡੀ ਹੈਗੀਆਂ ਕਿਉਂਕਿ ਮੇਰੇ ਕੋਲ ਗੋਗਲਸ ਦੇ ਵਿੱਚ ਵੀ ਹੈਗੀਆਂ ਆ ਤੇ ਮੇਰੇ ਕੋਲ ਇਹ ਵੈਸੇ ਵੀ ਹੈਗੀਆਂ ਆ ਹਨਾ ਤੇ ਮੈਨੂੰ ਸੀਗਾ ਵੀ ਚਲੋ ਇਹਨਾਂ ਦਾ ਹੀ ਬਣਾਉਣੀ ਆ ਆਪਾਂ ਇਹਨਾਂ ਕੋਲ ਇੱਕ ਸੀਗੀ ਜਿਹੜੀ ਗੋਗਲਸ ਵੀ ਬਣ ਜਾਂਦੀ ਸੀਗੀ ਤੇ ਜਿਹੜੀ ਵੈਸੇ ਵੀ ਹਨਾ ਸਪੈਕਸ ਰਹਿੰਦੀਆਂ ਸੀਗੀਆਂ ਪਰ ਉਹ ਭਈਆ ਕਹਿੰਦੇ ਲੈਂਸ ਕਾਰਟ ਵਾਲੇ ਉਹ ਕਹਿੰਦੇ ਜੇ ਤੁਸੀਂ ਦੋ ਲਓਗੇ ਨਾ ਫਿਰ ਤੁਹਾਨੂੰ ਜ਼ਿਆਦਾ ਆਫਰ ਮਿਲਦੀ ਪਈ ਆ ਜੇ ਤੁਸੀਂ ਸਿੰਗਲ ਲਓਗੇ ਤਾਂ ਫੇਰ ਕਹਿ ਲਓ ਵੀ ਤੁਹਾਨੂੰ ਘਾਟੇ ਦਾ ਸੌਦਾ ਪਊਗਾ ਮਤਲਬ ਦੋ ਦੇ ਵਿੱਚ 500-600 ਰੁਪਏ ਐਕਸਟਰਾ ਪਿਆ ਫਿਰ ਆਪਾਂ ਦੋ ਬਣਵਾ ਲਈਆਂ ਜਿੱਦਾਂ ਮੇਰੀ ਹੀਗੀ ਨਾ ਸਿਰਫ ਜਿੱਦਾਂ ਮੇਰੀ ਹੀ ਮੇਰੇ ਰੇਟ 'ਚ ਜਿੱਦਾਂ 500 ਰੁਪਏ ਜ਼ਿਆਦਾ ਪਿਆ ਇਹਨਾਂ ਦੀ ਆ ਗਈ ਹਾਂਜੀ ਉਹ ਹੀ ਕਹਿ ਰਹੀ ਹਾਂ ਕੈਨ ਚੀਜ਼ ਹੋ ਗਈ ਨਾ ਤੇ ਫਿਰ ਇਸ ਕਰਕੇ ਆਪਾਂ ਦੋ ਬਣਵਾ ਲਈਆਂ ਔਰ ਸਭ ਤੋਂ ਵੱਡੀ ਗੱਲ ਇਹ ਹੈ ਵੀ ਮੈਚਿੰਗ ਹੋ ਗਈਆਂ ਸਾਡੀਆਂ ਦੋਨਾਂ ਦੀਆਂ ਹਾਂ ਮੈਚਿੰਗ ਹੋ ਗਈਆਂ ਸੇਮ ਜੀਆਂ ਹੀ ਹੋ ਗਈਆਂ ਆ ਉਹ ਜਦੋਂ ਆਣਗੇ ਫਿਰ ਦਿਖਾਵਾਂਗੇ ਤੁਹਾਨੂੰ ਹਨਾ ਹੁਣ ਆਪਾਂ ਘਰੇ ਹੀ ਜਾਵਾਂਗੇ ਅੱਜ ਵਾਸਤੇ ਇੰਨਾ ਕੀ ਘੁੰਮਣਾ ਬਹੁਤ ਆ ਹੁਣ ਦਿਲ ਨਹੀਂ ਕਰਦਾ ਪਿਆ ਕਿਉਂਕਿ ਮੀਂਹ ਕਰਕੇ ਨਾ ਬਾਹਰ ਬਹੁਤ ਹੀ ਹੌਸ਼-ਪੌਸ਼ ਜਿਹਾ ਕੰਮ ਹੋਇਆ ਪਿਆ ਆ ਹਨਾ ਹੁਣ ਆਪਾਂ ਬਾਕੀ ਦੇ ਜੋ ਵੀ ਕੰਮ ਰਹਿ ਗਿਆ ਉਹ ਕੱਲ ਕਰਾਂਗੇ ਹੁਣ ਘਰ ਜਾ ਕੇ ਰੋਟੀ ਵਗੈਰਾ ਵੀ ਬਣਾਉਣੀ ਆ ਉਹ ਬਣਾਵਾਂਗੇ ਜਾ ਕੇ ਨਾਲੇ ਕਮੈਂਟਸ ਦੇ ਰਿਪਲਾਈ ਵੀ ਕਰਾਂਗੇ ਹਨਾ ਜਿਹੜੇ ਸਾਡੇ ਪਿਆਰੇ ਪਿਆਰੇ ਕਮੈਂਟ ਆਏ ਨਾ ਪਿਛਲੇ ਵਲੌਗ ਤੇ ਉਹਦੇ ਰਿਪਲਾਈ ਵੀ ਕਰਾਂਗੇ ਹਾਂਜੀ ਅਸੀਂ ਘਰੇ ਆ ਗਏ ਆ ਤੇ ਘਰੇ ਆ ਕੇ ਰੈਸਟ ਵਗੈਰਾ ਕੀਤੀ ਤੇ ਫਿਰ ਹੁਣ ਉੱਠ ਕੇ ਹੀ ਬਣਾ ਰਹੇ ਆ ਸਬਜ਼ੀ ਰੋਟੀ ਪਾਣੀ ਪਾਣੀ ਬਣਾ ਰਹੇ ਆ ਸਬਜ਼ੀ ਤੜਕਾ ਲਾ ਰਹੇ ਆ ਤੇ ਬਣਾ ਰਹੇ ਆ ਬਲੈਕ ਚਨੇ ਵਿਦ ਰਾਈਸ ਬਲੈਕ ਚਨੇ ਬਹੁਤ ਟਾਈਮ ਬਾਅਦ ਖਾਣ ਲੱਗੇ ਬਹੁਤ ਮਨ ਸੀਗਾ ਕਿ ਨਹੀਂ ਹਾਂਜੀ ਹਾਂਜੀ ਤੇ ਯਾਰ ਥੱਕ ਵੀ ਭਰੀ ਕਿਉਂ ਗਏ ਰੋ ਰੋ ਸ਼ਾਪਿੰਗ ਕਰਕੇ ਮੈਨੂੰ ਲੱਗਦਾ ਥੱਕ ਜਾਈਦਾ ਨਾ ਇਹ ਸ਼ਾਪਿੰਗ ਕਰਕੇ ਪਤਾ ਕੀ ਕਿੰਨੇ ਦਿਨ ਹੋ ਗਏ ਨਾ ਰੈਸਟ ਨਹੀਂ ਹੋਈ ਹੈਗੀ ਪ੍ਰੋਪਰ ਤੇ ਬਾਰਿਸ਼ ਕਰਕੇ ਵੀ ਹੋ ਗਿਆ ਨਾ ਅੱਜ ਹਾਂਜੀ ਬਾਰ ਬਾਰ ਗਿੱਲੇ ਹੋ ਰਹੀ ਗਏ ਆਪਾਂ ਬਾਰਿਸ਼ ਤੇ ਜਦੋਂ ਪ੍ਰੋਪਰ ਵੀ ਨਹੀਂ ਗਿੱਲੇ ਹੋਏ ਪਰ ਥੋੜੇ ਥੋੜੇ ਗਿੱਲੇ ਹੋ ਰਹੇ ਸੀਗੇ ਨਾ ਬਾਰ ਬਾਰ ਉਹਦੇ ਕਰਕੇ ਵੀ ਹੋ ਜਾਂਦਾ ਹੈ ਫਿਰ ਲੱਤਾਂ ਲੱਤਾਂ ਦੋਨਾਂ ਖਾ ਗਿਆ ਸਹੀ ਗੱਲ ਆ ਤੇ ਆਪਣਾ ਅਡੈਪਟਰ ਵੀ ਰਹਿ ਗਿਆ ਆ ਸ਼ੂਜ਼ ਵੀ ਰਹਿ ਗਏ ਆ ਕੰਮ ਅਜੇ ਯਾਰ ਪਏ ਪਏ ਆ ਆਪਾਂ ਕਰਦੇ ਬਹੁਤ ਸਾਰੇ ਕੰਮ ਸੀਗੇ ਪਰ ਉਹੀ ਇੱਕ ਦੋ ਕੰਮ ਹੋਇਆ ਇੱਕ ਦਾ ਕੁਰਤਾ ਵੀ ਨੰਦ ਦਿੱਤੇ ਗਏ ਸਟਿਚਿੰਗ ਵੀ ਮੇਰੇ ਸੂਟਾਂ ਦਾ ਕੰਮ ਹੋ ਗਿਆ ਤੇ ਦੂਜਾ ਇੱਕ ਤੁਹਾਡੀ ਬਸ ਐਨਕ ਬਣ ਗਈ ਸਹੀ ਗੱਲ ਆ ਮੇਰੀ ਫ੍ਰੀਜ ਹੀ ਬਣ ਗਈ ਨਾਲ ਤੁਹਾਡੀ ਫ੍ਰੀਜ ਹੀ ਬਣ ਗਈ ਹੈ ਤੇ ਤੁਸੀਂ ਹੁਣ ਤੜਕਾ ਲਾ ਰਹੇ ਹੋ ਤੇ ਕਿੰਨੇ ਟਾਈਮ ਲੱਗੇਗਾ ਇਹਨੂੰ ਲੱਗੂਗਾ ਹਰੇ ਟਾਈਮ ਚਣੇ ਬਣ ਗਏ ਤੜਕਾ ਤਾਂ ਲੱਗ ਚੱਲਿਆ ਆ ਹਾਂ ਹਾਂ ਪਰ ਉਹਦੇ ਲਈ ਲੱਗੂਗਾ ਟਾਈਮ
ਰੋਟੀ ਦਿਨ ਕਰੀ ਜਾਂਦਾ ਕੋਲਡ ਕਾਫੀ ਕੱਢ ਦੋ ਤੁਸੀਂ ਫਿਰ ਵੱਡੋ ਦੇ ਜੋ ਤੇ ਉਹ ਕੱਢ ਦੋ ਠੀਕ ਠੀਕ ਹੈ ਕੱਢ ਦੋ ਫਿਰ ਆਪਾਂ ਕਮੈਂਟਰੀ ਰੀਡ ਕਰਦੇ ਆ ਕੋਲਡ ਕਾਫੀ ਆਪਣੀ ਬਣ ਗਈ ਤੇ ਆਪਾਂ ਕੋਲਡ ਕਾਫੀ ਪੀ ਰਹੇ ਆ ਤੇ ਪਹਿਲਾਂ ਮੈਂ ਹੋਰ ਵੀ ਕੁਝ ਕਹੀ ਜਾਂਦੇ ਕੋਲਡ ਕਾਫੀ ਨੂੰ ਤੇ ਹੁਣ ਆਪਾਂ ਕਰਨ ਲੱਗੇ ਕਮੈਂਟ ਦੀ ਰਿਪਲਾਈ ਤੇ ਸੀਟੀਆਂ ਵੱਜੀ ਜਾਂਦੀਆਂ ਪਿੱਛੇ ਤੇ ਪਹਿਲੀ ਗੱਲ ਮੈਂ ਦੱਸਦਾ ਸਾਰਿਆਂ ਨੂੰ ਸਾਰੇ ਕਹਿੰਦੇ ਕਿ ਅਮਨਦੀਪ ਤੁਸੀਂ ਸਾਡੇ ਆਪਣੇ ਨੇਮ ਦਾ ਸਾਡਾ ਰਿਪਲਾਈ ਕਰਿਆ ਕਰੋ ਤੁਹਾਡੇ ਮੂੰਹ ਬਹੁਤ ਚੰਗਾ ਲੱਗਦਾ ਸਾਨੂੰ ਸੁਣਨਾ ਸੋ ਚਲੋ ਜੀ ਹੋ ਜਾਓ ਸਟਾਰਟ ਮੈਂ ਹੀ ਕਰੂੰਗੀ ਰਿਪਲਾਈ ਅਤੇ ਕੋਲਡ ਕਾਫੀ ਪੀਂਦੇ ਪੀਂਦੇ ਨਾ ਨਾਲ ਦੀ ਨਾਲ ਕਮੈਂਟਸ ਪੜ੍ਹ ਕੇ ਬੜੀ ਖੁਸ਼ੀ ਹੋ ਰਹੀ ਹੈ ਕਿਉਂਕਿ ਬਹੁਤ ਸੋਹਣੇ ਸੋਹਣੇ ਕਮੈਂਟਸ ਹੈ ਪਹਿਲੇ ਹੈਗੇ ਆ ਮਾਈ ਮਿਸ ਕਿਰਨ ਉਹ ਕਹਿੰਦੇ ਆ ਫਸਟ ਲਾਈਕ ਮਨਪ੍ਰੀਤ ਜੋਗੀ ਹੈਲੋ ਦੀ ਵੈਰੀ ਨਾਈਸ ਵਲੋਗ ਕੰਨੂ ਦੀਦੀ ਜਾਨ ਤੁਸੀਂ ਬਹੁਤ ਕਿਊਟ ਹੋ ਦੀਦੀ ਲਵ ਯੂ ਦੀਦੂ ਮੈਂ ਤੁਹਾਨੂੰ ਮਿਲਣਾ ਆ ਇੱਕ ਫਿਰ ਯੂਜ਼ਰ ਕਰਕੇ ਹੈ ਹਾਂਜੀ ਯੂਜ਼ਰ ਕਰਕੇ ਉਹਨਾਂ ਦਾ ਨਾਮ ਨਹੀਂ ਹੈਗਾ ਉਹ ਕਹਿ ਰਿਹਾ ਗੋਡ ਬਲੈਸ ਯੂ ਦੀ ਐਂਡ ਬ੍ਰੋ ਬਾਬਾ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖਣ ਥੈਂਕ ਯੂ ਜੀ ਥੈਂਕ ਯੂ ਕਾਜਲ ਅਰੋੜਾ ਹਿਮਾਨੀ ਕੋ ਲੈ ਆਓ ਜਲਦੀ ਜੀ ਜਲਦੀ ਜਲਦੀ ਆਏਗੀ ਹਿਮਾਨੀ ਫਿਰ ਹੈਗੇ ਆ ਆਪਣੇ ਸਭ ਤੋਂ ਵੱਡੇ ਸਪੋਰਟਰ ਸੂਤ ਸਾਹਿਬ ਜੀ ਉਹਨਾਂ ਨੇ ਹਾਰਟ ਹਾਰਟ ਭੇਜਿਆ ਆ ਅਤੇ ਨਾਲੇ ਉਹਨਾਂ ਨੇ ਕਿਹਾ ਬਹੁਤ ਹੀ ਘੈਂਟ ਵਲੋਗ ਅਮਨ ਦੀ ਐਂਡ ਜਸ ਭਾਈ ਜੀ ਮਾਲਕ ਤੁਹਾਨੂੰ ਦੋਨਾਂ ਨੂੰ ਤਰੱਕੀਆਂ ਬਖਸ਼ੇ ਔਰ ਖੁਸ਼ੀਆਂ ਦੇਵੇ ਮਾਲਕ ਤੁਹਾਨੂੰ ਦੋਨਾਂ ਨੂੰ ਹਮੇਸ਼ਾ ਖੁਸ਼ ਰੱਖੇ ਕੀਪ ਇਟ ਅਪ ਅਤੇ ਨਾਲ ਦੀ ਨਾਲ ਹੀ ਉਹਨਾਂ ਨੇ ਕਿਹਾ ਆ ਐਡਵਾਂਸ ਵਿੱਚ ਤੁਹਾਡੇ ਮੋਮ ਨੂੰ ਮੇਰੇ ਵੱਲੋਂ ਹੈਪੀ ਬਰਥਡੇ ਬੈਸਟ ਵਿਸ਼ਿਜ਼ ਮਾਲਕ ਤੁਹਾਡੇ ਮੋਮ ਡੈਡ ਨੂੰ ਤੰਦਰੁਸਤੀ ਬਖਸ਼ੇ ਔਰ ਲੰਬੀਆਂ ਉਮਰਾਂ ਦੇਵੇ ਇੱਦਾਂ ਹੀ ਆਪਣਾ ਆਸ਼ੀਰਵਾਦ ਔਰ ਪਿਆਰ ਆਪਣੇ ਬੱਚਿਆਂ 'ਤੇ ਬਣਾਈ ਰੱਖਣ ਉਹ ਬਾਕੀ ਤੁਹਾਨੂੰ ਦੋਨਾਂ ਨੂੰ ਦਿਲੋਂ ਸਪੋਰਟ ਜਿਹੜਾ ਵੀ ਕੁੱਤਾ ਬਿੱਲਾ ਬਹੁ ਬਹੁ ਕਰਦਾ ਕਰੀ ਜਾਵੇ ਥੈਂਕ ਯੂ ਜੀ ਥੈਂਕ ਯੂ ਸੋ ਮੱਚ ਥੈਂਕ ਯੂ ਸੋ ਮੱਚ ਮਮਾ ਨੂੰ ਸਾਡੇ ਮੰਮੀ ਵੱਲੋਂ ਵੀ ਥੈਂਕ ਯੂ ਥੈਂਕ ਯੂ ਹਾਂਜੀ ਉਸ ਤੋਂ ਬਾਅਦ ਰਾਏ ਸਾਹਿਬ ਨੇ ਹਾਰਟ ਭੇਜਿਆ ਆ ਦੀਪ ਨੇ ਹਾਰਟ ਭੇਜਿਆ ਆ ਫਿਰ ਸੁਮਨ ਕਰਕੇ ਆ ਉਹਨਾਂ ਨੇ ਬੋਲਿਆ ਆ ਨਾਈਸ ਦੀ ਬਹੁਤ ਘੈਂਟ ਵਲੋਗ ਵਿਦ ਵਲੋਗ ਸਿਰਾ ਸੋਰੀ ਨਾਈਸ ਦੀ ਬਹੁਤ ਘੈਂਟ ਵੀਡੀਓ ਵਿਦ ਵਲੋਗ ਸਿਰਾ ਅੱਤ ਸੱਚੀ ਮੈਨੂੰ ਬਹੁਤ ਸੋਹਣੇ ਲੱਗਦੇ ਆ ਜਲਦੀ ਵਲੋਗ ਪਾਇਆ ਕਰੋ ਮੈਂ ਬਹੁਤ ਵੇਟ ਕਰਦੀ ਸੀਰੀਅਸਲੀ ਬਾਕੀ ਤੁਸੀਂ ਆਪਣੀ ਫਿਕਰ ਨਾ ਕਰਿਆ ਕਰੋ ਕਿਉਂਕਿ ਜਿਹੜੇ ਬੋਲਦੇ ਆ ਤੁਹਾਡੇ ਬਾਰੇ ਉਹੀ ਕਾਫੀ ਆ ਸੋ ਇੰਜੋਏ ਕਰੋ ਆਪਣੀ ਲਾਈਫ ਨੂੰ ਗੋਡ ਬਲੈਸ ਯੂ ਲੌਂਗ ਲਾਈਫ ਦੀ ਨਾਲ ਹਾਰਟ ਹਾਰਟ ਉਸ ਤੋਂ ਬਾਅਦ ਹੈਗੇ ਆ ਓਂਕਾਰ ਘੁੰਮਣ ਬੜੇ ਸੋਹਣੇ ਕਮੈਂਟ ਆ ਰਹੇ ਆ ਬਿਲਕੁਲ ਉਸ ਤੋਂ ਬਾਅਦ ਹੈਗੇ ਆ ਓਂਕਾਰ ਘੁੰਮਣ ਜੀ ਉਹ ਕਹਿ ਰਿਹਾ ਨਾਈਸ ਦੀ ਮੈਂ ਤੁਹਾਡੇ ਵਲੌਗ ਡੇਲੀ ਦੇਖਦੀ ਹਾਂ ਬਟ ਕਦੇ ਕਮੈਂਟ ਨਹੀਂ ਕੀਤਾ ਪਲੀਜ਼ ਮੇਰਾ ਵੀ ਰਿਪਲਾਈ ਕਰ ਦਿਓ ਦੀ ਯਾਦ ਨਾਲ ਗੋਡ ਬਲੈਸ ਯੂ ਥੈਂਕ ਯੂ ਜੀ ਅੱਜ ਆਪਾਂ ਰਿਪਲਾਈ ਕਰਤਾ ਉਸ ਤੋਂ ਬਾਅਦ ਯੂਜ਼ਰ ਕਰਕੇ ਆ ਨਾਮ ਨਹੀਂ ਹੈਗਾ ਇਹਨਾਂ ਦਾ ਪਰ ਇਹਨਾਂ ਨੇ ਕਿਹਾ ਨਾਈਸ ਵਲੌਗ ਦੀਦੀ ਮੇਰਾ ਵਲੌਗ 'ਚ ਮੇਰਾ ਨਾਮ ਰੀਡ ਕਰ ਦਿਓ ਲਵ ਯੂ ਬੋਥ ਨਾਮ ਦੱਸ ਦਿਓ ਜੀ ਅਗਲੀ ਵਾਰੀ ਨਾਮ ਬੋਲ ਦਾਂਗੇ ਸਰਾਨ ਬੋਇਜ਼ ਹਾਰਟ ਭੇਜਿਆ ਆ ਸਰਗੁਨ ਫੈਸ਼ਨ ਬੁਟੀਕ ਦੀਦੀ ਜੀ ਮੇਰਾ ਨਾਮ ਜ਼ਰੂਰ ਲਿਓ ਦੀਦੀ ਜੀ ਤੁਸੀਂ ਬਹੁਤ ਕਿਊਟ ਹੋ ਰੱਬ ਤੁਹਾਨੂੰ ਦੋਵਾਂ ਨੂੰ ਹਮੇਸ਼ਾ ਖੁਸ਼ ਰੱਖੇ ਹੈਪੀ ਫੈਮਿਲੀ ਦੀਦੀ ਜੀ ਮੈਂ ਵੀ ਅੰਮ੍ਰਿਤਸਰ ਤੋਂ ਹੀ ਹਾਂ ਜੰਡਿਆਲਾ ਗੁਰੂ ਤੋਂ ਆਇਓ ਤਾਂ ਦੱਸਿਓ ਜ਼ਰੂਰ ਠੀਕ ਹੈ ਜੀ ਉਸ ਤੋਂ ਬਾਅਦ ਪਰਮਜੀਤ ਮੱਲੀ ਜੀ ਵੈਰੀ ਨਾਈਸ ਪੁੱਤ ਹਰਪ੍ਰੀਤ ਕੌਰ ਦੀ ਐਂਡ ਵੀਰੇ ਲੋਕਾਂ ਦੀ ਪਰਵਾਹ ਬਿਲਕੁਲ ਨਾ ਕਰਿਆ ਕਰੋ ਸਾਡਾ 100% ਸਪੋਰਟ ਨਾਲ ਹੈ ਸੋ ਡੋਂਟ ਵਰੀ ਮੈਂ ਤੁਹਾਡੀ ਬਿੱਗ ਵਾਲੀ ਫੈਨ ਹਾਂ ਬਟ ਫਿਰ ਵੀ ਤੁਸੀਂ ਕਦੇ ਮੇਰੇ ਨਾਂ ਨਹੀਂ ਲੈਂਦੇ ਕਮੈਂਟ ਰੀਡ ਕਰਕੇ ਵਲੌਗ 'ਚ ਆਪਾਂ ਲੈ ਤਾਂ ਜੀ ਅੱਜ ਤੁਹਾਡਾ ਨਾਮ ਹਰਪ੍ਰੀਤ ਜੀ ਹਰਪ੍ਰੀਤ ਹਾਂਜੀ ਹਰਪ੍ਰੀਤ ਕੌਰ ਜੀ ਥੈਂਕ ਯੂ ਬਹੁਤ ਸੋਹਣਾ ਕਮੈਂਟ ਕੀਤਾ ਤੁਸੀਂ ਜੀ ਜਕਸ਼ਪੁਰੀ ਨਾਈਸ ਹਰਮਨਜੀਤ ਨਾਈਸ ਵਲੌਗ ਦੀ
ਲਵ ਗੁਰਲੀਨ ਕਰਕੇ ਕਮੈਂਟ ਹੈ, ਤੇ ਇੱਕ ਹੈਗਾ ਲਵਦੀਪ ਸਿੰਘ, ਉਹੀ ਸੋ ਕਿਊਟ ਕਪਲ, ਥੈਂਕ ਯੂ ਜੀ, ਇੱਕ ਯੂਜ਼ਰ ਕਰਕੇ ਉਹਨਾਂ ਨੇ ਨਾਈਸ ਬੋਲਿਆ ਹੈ। ਸੋ ਥੈਂਕ ਯੂ ਸੋ ਮਚ ਸਾਰਿਆਂ ਦਾ ਜਿਨ੍ਹਾਂ ਨੇ ਇੰਨੇ ਪਿਆਰੇ ਪਿਆਰੇ ਕਮੈਂਟਸ ਕੀਤੇ ਆ, ਸਾਡਾ ਦਿਨ ਬਣ ਜਾਂਦਾ ਤੁਹਾਡੇ ਇੰਨੇ ਸੋਹਣੇ ਸੋਹਣੇ ਜਿਹੇ ਕਮੈਂਟਸ ਪੜ੍ਹ ਕੇ, ਕਿਉਂ ਜੀ, ਹੈਨਾ, ਸਹੀ ਗੱਲ ਆ। ਤੇ ਥੈਂਕ ਯੂ ਸੋ ਮਚ ਜਿਨ੍ਹਾਂ ਜਿਨ੍ਹਾਂ ਨੇ ਸੋਹਣੇ ਕਮੈਂਟ ਕੀਤੇ ਆ, ਤਾਂ ਫੇਰ ਕਰੋ ਜੀ, ਕੈਂਟ ਕੈਂਟ ਕਰਿਆ ਕਰੋ, ਸਪੋਰਟ ਕਰਿਆ ਕਰੋ, ਤਾਂ ਨਵੇਂ ਵਲੌਗ ਦੇ ਨਾਲ ਫੇਰ ਮਿਲਾਂਗੇ। ਜੇ ਵਲੌਗ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ, ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਿਓ, ਤੇ ਬਹੁਤ ਸੋਹਣੇ ਸੋਹਣੇ ਅੱਗੇ ਵਲੌਗ ਆਉਣ ਵਾਲੇ ਆ, ਚੈਲੰਜ ਸੂਣ ਆ। ਹਾਂਜੀ 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 ਹਾਂਜੀ, ਚੈਲੰਜ ਵੀ ਆ, ਹੋਰ ਵੀ ਬਹੁਤ ਕੁਝ ਆਊਗਾ ਵਲੌਗਸ ਦੇ ਵਿੱਚ, ਤੇ ਨਵੀਂ ਵੀਡੀਓ ਦੇ ਨਾਲ ਹੁਣ ਫੇਰ ਦੁਬਾਰਾ ਤੁਹਾਨੂੰ ਮਿਲਾਂਗੇ, ਉਦੋਂ ਤੱਕ ਲਈ ਬਾਏ ਬਾਏ ਐਂਡ ਟੇਕ ਕੇਅਰ।